ਕੈਨੇਡਾ ਦੇ ਲਈ ਫਾਈਲ ਅਪਲਾਈ ਕਰਨਾ ਚਾਹੁੰਦੇ ਹੋ ਜਾਂ ਇਨ ਫਿਊਚਰ ਤੁਹਾਡਾ ਪਲਾਨ ਹੈ ਕਿ ਮੈਂ ਕੈਨੇਡਾ ਲਈ ਫਾਈਲ ਅਪਲਾਈ ਕਰਨੀ ਹੈ, ਟੂਰਿਸਟ ਵੀਜ਼ਾ ਅਪਲਾਈ ਕਰਨਾ ਹੈ, ਵਿਜ਼ਿਟਰ ਵੀਜ਼ਾ ਅਪਲਾਈ ਕਰਨਾ ਹੈ, ਸਟੱਡੀ ਵੀਜ਼ਾ ਅਪਲਾਈ ਕਰਨਾ, ਵਰਕ ਪਰਮਿਟ ਹੈ, ਕੁਛ ਵੀ ਹੈ, ਮਤਲਬ ਅਗਰ ਤੁਹਾਡਾ ਮਾਨਣਾ ਹੈ ਕਿ ਤੁਸੀਂ ਕੈਨੇਡਾ ਲਈ ਵਿਜ਼ਿਟਰ ਵੀਜ਼ਾ ਜਾਂ ਇੱਕ ਵੀਜ਼ਾ ਤੁਸੀਂ ਅਪਲਾਈ ਕਰਨਾ ਚਾਹੁੰਦੇ ਹੋ ਅੱਜ ਕੱਲ੍ਹ ਦੇ ਵਿੱਚ ਜਾਂ ਤੁਸੀਂ ਆਉਣ ਵਾਲੇ ਦਿਨਾਂ 'ਚ ਤਾਂ ਅਪਲਾਈ ਕਰਨਾ ਚਾਹੁੰਦੇ ਹੋ, ਅਤੇ ਕੁਛ ਐਸੇ ਪੁਆਇੰਟਸ ਹੈ ਜਿਨ੍ਹਾਂ ਦਾ ਧਿਆਨ ਰੱਖਣਾ ਤੁਹਾਨੂੰ ਬਹੁਤ ਜ਼ਰੂਰੀ ਹੈ, ਜਿਹੜਾ ਕਿ ਮੇਰਾ ਐਕਸਪੀਰੀਅੰਸ ਹੈ, ਅਤੇ ਉਸ ਚੀਜ਼ ਦੇ ਬੇਸ 'ਤੇ ਮੈਂ ਤੁਹਾਨੂੰ ਇਹੀ ਰਿਕਮੈਂਡ ਕਰੂੰਗਾ ਕਿ ਇਹ ਪੁਆਇੰਟਸ ਸ਼ਾਇਦ ਤੁਹਾਨੂੰ ਅਗਰ ਤੁਹਾਡੀ ਫਾਈਲ ਰਿਫਿਊਜ਼ਲ ਵੀ ਹੁੰਦੀ ਹੋਊਗੀ ਤਾਂ ਸ਼ਾਇਦ ਕਿਤੇ ਨਾ ਕਿਤੇ ਅਪਰੂਵਲ 'ਚ ਤਬਦੀਲ ਹੋ ਸਕਦੀ ਆ। ਸੋ ਕੁਛ 3-4 ਚੀਜ਼ਾਂ ਜਿਹੜੀਆਂ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗਾ। ਸੋ ਵੀਡੀਓ ਪੂਰੀ ਦੇਖਿਓ, ਅਤੇ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਆਉਣ ਵਾਲੇ ਦਿਨਾਂ 'ਚ ਵੀ ਤੁਹਾਨੂੰ ਐਸੀਆਂ ਹੀ ਅਪਡੇਟਸ ਮਿਲਦੀਆਂ ਰਹਿਣਗੀਆਂ। ਸਭ ਤੋਂ ਪਹਿਲੀ ਅਪਡੇਟ ਦੀ ਗੱਲ ਕਰੀਏ ਤਾਂ ਜੀ ਉਹ ਹੈਗੀ ਆ ਵਿਜ਼ਟਰ ਵੀਜ਼ਾ ਨੂੰ ਲੈ ਕੇ। ਅੱਜ ਦੀ ਡੇਟ 'ਚ ਕਾਫੀ ਮਾਰਕੀਟ 'ਚ ਚੱਲ ਰਿਹਾ ਕਿ ਯਾਰ ਜਿਹੜੇ ਰਿਜ਼ਲਟਸ ਨੇ ਉਹ ਬਹੁਤ ਛੇਤੀ ਆ ਰਹੇ ਨੇ ਜਾਂ ਬਹੁਤ ਅੱਛੇ ਰਿਜ਼ਲਟ ਆ ਰਹੇ ਨੇ, ਯੰਗ ਏਜ ਨੂੰ ਲੈ ਕੇ ਬਹੁਤ ਆ ਰਹੇ ਨੇ। ਇੱਕ ਚੀਜ਼ ਮੈਂ ਸਿੰਪਲ ਜਿਹੀ ਕਹਿ ਦਿੰਦਾ, ਨਾ ਮੈਂ ਏਜੰਟ ਹਾਂ, ਨਾ ਮੈਂ ਕੰਸਲਟੈਂਟ ਹਾਂ, ਨਾ ਮੈਂ ਮਾਰਕੀਟਿੰਗ ਕਰਨੀ ਹੈ। ਇਹ ਜਿਹੜੀ ਗੇਮਸ ਹੁੰਦੀਆਂ ਸਭ ਮਾਰਕੀਟਿੰਗ ਟ੍ਰਿਕਸ ਹੈ ਕਿ ਹਾਂ ਯੰਗ ਏਜ ਦੇ ਵੀਜ਼ਾ ਆ ਰਹੇ, ਕਿਉਂਕਿ ਅੱਜ ਦੀ ਡੇਟ 'ਚ ਅਗਰ ਗੱਲ ਕਰੀਏ ਜਿਹੜੇ 40-50-60 ਸਾਲ ਦੇ ਜਾਂ 50-55 ਸਾਲ ਦੇ ਲੋਕ ਨੇ ਜਿਹੜੇ ਆਪਣੇ ਮਾਂ ਪਿਓ ਨੇ ਜਾਂ ਉਹਨਾਂ ਦੀ ਉਮਰ ਦੇ ਨੇ, ਉਹਨਾਂ ਦਾ ਕੋਈ ਇੰਟਰਸਟ ਨਹੀਂ ਕੈਨੇਡਾ ਜਾਣ ਦਾ। ਅੱਜ ਦੀ ਡੇਟ 'ਚ ਕੈਨੇਡਾ ਜਾਣਾ ਕਿੰਨੇ ਹੈ? ਯੰਗ ਏਜ ਨੇ, ਜਿਹੜਾ ਪਲੱਸ ਟੂ ਕਰਕੇ ਬੈਠਾ ਹੈ, ਜਿਹੜਾ ਬੈਚਲਰ ਡਿਗਰੀ ਕਰਕੇ ਬੈਠਾ, ਜਿਹੜਾ ਮਾਸਟਰ ਡਿਗਰੀ ਕਰਕੇ ਬੈਠਾ, ਇੱਥੇ ਕੰਮ ਨਹੀਂ ਮਿਲ ਰਿਹਾ, ਉਹ ਕੈਨੇਡਾ ਹੀ ਭੱਜਦਾ ਪਿਆ, ਕਿਉਂਕਿ ਆਸਟ੍ਰੇਲੀਆ 'ਚ ਸੈਟਲਮੈਂਟ ਨਹੀਂ ਹੋ ਰਹੀ, ਹੋਰ ਸਾਰੇ ਆਪਸ਼ਨਸ ਹੈਗੇ ਨੇ, ਠੀਕ ਹੈ ਜੀ, ਉਹਨਾਂ ਚੀਜ਼ਾਂ ਨੂੰ ਲੈ ਕੇ। ਅਤੇ ਹੁੰਦਾ ਕੀ ਹੈ, ਆਪਾਂ ਜਿਹੜੀ ਯੰਗ ਏਜ ਹੈ ਉਹ ਅੱਜ ਦੀ ਡੇਟ 'ਚ ਕੈਨੇਡਾ ਭੱਜ ਰਹੀ, ਜਿਹਦੇ ਕਰਕੇ ਲੋਕ ਮਾਰਕੀਟਿੰਗ ਕਰ ਰਹੇ ਨੇ ਕਿ ਹਾਂ ਜੀ ਯੰਗ ਏਜ ਦਾ ਵੀਜ਼ਾ ਆਉਂਦਾ। ਬਟ ਇੱਕ ਚੀਜ਼ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ, 10 ਸਾਲ ਤੋਂ ਲੱਗ ਕੇ 20-22-25 ਸਾਲ ਦੀ ਏਜ ਦੇ ਸਿੰਗਲ ਕੇਸਿਸ ਦਾ ਰਿਜ਼ਲਟ ਬਹੁਤ ਅੱਛਾ ਨਹੀਂ ਆ ਰਿਹਾ। ਇਹ ਮੇਰਾ ਪੁਆਇੰਟ ਆਫ ਵੀ ਹੈ, ਤੁਸੀਂ ਇਕੱਲੇ ਅਪਲਾਈ ਕਰਨਾ ਕਰ ਸਕਦੇ, ਕੋਈ ਜ਼ੋਰ ਜ਼ਬਰਦਸਤੀ ਨਹੀਂ ਹੈ, ਸਿਰਫ ਆਪਣਾ ਐਕਸਪੀਰੀਅੰਸ ਸ਼ੇਅਰ ਕਰ ਰਹੇ ਹਾਂ ਜੋ ਰਿਐਲਿਟੀ ਹੈ, ਕਿਉਂਕਿ ਇਸ ਚੈਨਲ ਦਾ ਮੇਨ ਮੋਟਿਵ ਹੀ ਇਹ ਹੈ ਕਿ ਤੁਹਾਨੂੰ ਸਹੀ ਗਾਈਡ ਕਰਨਾ। ਅਗਰ ਮਾਰਕੀਟਿੰਗ ਕਰਨੀ ਹੁੰਦੀ ਤਾਂ ਮੈਂ ਵੀ ਕਹਿ ਦਿੰਦਾ ਕਿ ਹਾਂਜੀ ਮੇਰੇ ਤੋਂ ਫਾਈਲ ਲਵਾਓ, ਯੰਗ ਏਜ ਦੇ ਬਹੁਤ ਵੀਜ਼ਾ ਆ ਰਹੇ ਨੇ, ਵੀਜ਼ਾਸ ਆ ਰਹੇ ਨੇ, ਬਟ 10 ਕੇਸਾਂ 'ਚੋਂ ਸ਼ਾਇਦ 2 ਜਾਂ 3 ਕੇਸ ਐਸੇ ਹੋਣਗੇ ਜਿਨ੍ਹਾਂ ਦੇ ਵੀਜ਼ਾਸ ਆਉਣਗੇ, ਉਹਦੇ 'ਚ ਕੋਈ ਸਪੋਂਸਰ ਹੋ ਸਕਦੀ ਹੈ, ਕੋਈ ਸਪੋਰਟਿੰਗ ਡਾਕੂਮੈਂਟਸ ਐਸੇ ਹੋ ਸਕਦੇ ਨੇ ਜਿਨ੍ਹਾਂ ਕਰਕੇ ਉਹਦਾ ਰਿਜ਼ਲਟ ਪੋਜ਼ਿਟਿਵ ਆ ਰਿਹਾ। ਜ਼ਿਆਦਾਤਰ ਕੇਸਿਸ 'ਚ ਕਿਉਂਕਿ ਨਾ ਤਾਂ ਦੇਖੋ ਆਪਣਾ ਕੋਈ ਸੋਰਸ ਆਫ ਇਨਕਮ ਹੈ, ਨਾ ਫੰਡਸ ਹੈਗੇ ਆਪਣੇ ਕੋਲ, ਫਾਈਨੈਂਸ਼ੀਅਲੀ ਸਪੋਰਟ ਆਪਾਂ ਨੂੰ ਪੇਰੈਂਟਸ ਕਰ ਰਹੇ ਨੇ, ਸਟੱਡੀ ਆਪਾਂ ਕਰ ਰਹੇ, ਆਪਣੇ ਕੋਲ ਕੋਈ ਰੀਜ਼ਨ ਹੀ ਹੈ ਨਹੀਂ ਵਾਪਸ ਆਉਣ ਦਾ। ਅਤੇ ਵੀਜ਼ਾ ਆਫਿਸਰ ਨੇ ਵੀਜ਼ਾ ਉਸੇ ਚੀਜ਼ 'ਤੇ ਦੇਣਾ ਕਿ ਤੁਹਾਡੇ ਜਾਣ ਦਾ ਰੀਜ਼ਨ ਕੀ ਹੈ, ਤੁਹਾਡੇ ਵਾਪਸ ਆਉਣ ਦਾ ਰੀਜ਼ਨ ਕੀ ਹੈ। ਸੋ ਪਹਿਲਾ ਪੁਆਇੰਟ ਧਿਆਨ 'ਚ ਰੱਖਣਾ ਬਹੁਤ ਜ਼ਰੂਰੀ ਹੈ ਕਿ ਅਗਰ ਤੁਸੀਂ ਫਾਈਲ ਅਪਲਾਈ ਕਰ ਰਹੇ ਹੋ 10, 12, 15, 20, 22, 23, 25 ਸਾਲ ਤੱਕ ਦੀ ਅਗਰ ਏਜ ਦੇ ਵੀ ਅਪਲਾਈ ਕਰ ਰਿਹਾ, ਉਹਨਾਂ ਨੂੰ ਰਿਕਮੈਂਡ ਕਰੂੰਗਾ ਕਿ ਆਪਣੀ ਫਾਈਲ ਜਿਹੜੀ ਉਹ ਐਜ਼ ਏ ਪੇਰੈਂਟਸ ਨੂੰ ਆਪਣੇ ਨਾਲ ਅਟੈਚ ਕਰ ਲੈਣ, ਜਾਂ ਅਗਰ ਉਹ ਮੈਰਿਡ ਨੇ, ਇਹ ਵੈਸੇ ਤਾਂ ਸਿੰਗਲ ਵਾਸਤੇ ਸੀਗਾ, ਜਿਹੜੇ ਸਿੰਗਲ ਕੇਸ ਜਿਹੜੇ ਅਨਮੈਰਿਡ ਨੇ ਉਹਨਾਂ ਵਾਸਤੇ ਕਿ ਆਪਣੇ ਮਦਰ ਨਾਲ ਜਾਂ ਫਾਦਰ ਨਾਲ ਇੱਕ ਇਮੋਸ਼ਨਲ ਸਟੋਰੀ ਬਣਾ ਕੇ ਕਿ ਹਾਂ ਉਹਨਾਂ ਨੇ ਮੈਨੂੰ ਸ਼ੁਰੂ ਤੋਂ ਸਪੋਰਟ ਕੀਤਾ, ਅਗਰ ਅੱਜ ਮੈਂ ਇੱਥੇ ਸਟੈਂਡ ਕਰਦਾ ਤਾਂ ਸਿਰਫ ਉਹਨਾਂ ਦੀ ਬਦੌਲਤ ਆ। ਸੋ ਐਸੇ ਕੁਛ ਇੱਕ ਇਮੋਸ਼ਨਲ ਸਟੋਰੀ ਤੁਸੀਂ ਬਣਾ ਕੇ ਜਿਹੜੀ ਆਪਣੀ ਫਾਈਲ ਲਗਾ ਸਕਦੇ ਹੋ, ਇਹ ਮੇਰਾ ਪੁਆਇੰਟ ਆਫ ਵਿਊ। ਅਗਰ ਤੁਸੀਂ ਮੈਰਿਡ ਹੋ ਤਾਂ ਫਿਰ ਤਾਂ ਤੁਹਾਡੇ ਉੱਤੇ ਜ਼ਿੰਮੇਵਾਰੀ ਤੁਹਾਡੇ ਵਾਈਫ ਤੁਹਾਡੇ ਬੱਚਿਆਂ ਦੀ ਆ ਹੀ ਜਾਂਦੀ, ਤੁਸੀਂ ਉਹਨਾਂ ਨਾਲ ਵੀ ਅਪਲਾਈ ਕਰ ਸਕਦੇ ਹੋ। ਸੈਕਿੰਡ ਪੁਆਇੰਟ ਦੀ ਗੱਲ ਕਰੀਏ ਤਾਂ ਜੀ, ਜਿਹੜਾ ਮੈਂ ਤੁਹਾਨੂੰ ਯੰਗ ਏਜ ਬਾਰੇ ਥੋੜ੍ਹੀ ਜਿਹੀ ਜ਼ਿਕਰ ਕੀਤਾ ਹੈ ਕਿ ਰਿਫਿਊਜ਼ਲ ਕਿਉਂ ਆ ਰਹੀ, ਉਹਦੇ 'ਚ ਹੁੰਦੀ ਹੈ ਰੋਂਗ ਇੰਟੈਂਸ਼ਨਸ। ਵੀਜ਼ਾ ਆਫਿਸਰ ਨੂੰ ਪਤਾ ਕਿ ਯੰਗ ਏਜ ਹੈ, ਇਹਦੀ ਕੋਈ ਜ਼ਿੰਮੇਵਾਰੀ ਨਹੀਂ ਹੈ, ਜਾਂ ਮਤਲਬ ਇੰਡੀਆ 'ਚ ਕੋਈ ਐਸੀ ਜ਼ਿੰਮੇਵਾਰੀ ਨਹੀਂ ਹੈਗੀ ਕਿ ਇਹਨੂੰ ਵਾਪਸ ਆਉਣਾ ਪਏਗਾ, ਜਾਂ ਇਹਦੀ ਕੀ ਐਸੇ ਇੱਥੇ ਕੋਈ ਅਨਮੈਰਿਡ ਜਿਹੜੇ ਨੇ ਉਹਦੇ ਕੋਲ ਐਸਾ ਕੋਈ ਪੁਆਇੰਟ ਨਹੀਂ ਹੈਗਾ ਕਿ ਇਹ ਵਾਪਸ ਆਏਗਾ, ਕਿਉਂਕਿ ਦੇਖੋ ਸਟੱਡੀ ਤੁਹਾਡੀ ਕੰਪਲੀਟ ਹੈ, ਤੁਸੀਂ ਐਜ਼ ਏ ਰੇਟ 'ਚ ਇੱਥੇ ਕੰਮ ਕਰਨਾ, ਤੁਸੀਂ ਕੈਨੇਡਾ ਜਾ ਕੇ ਵੀ ਆਪਣਾ ਵੀਜ਼ਾ ਕਨਵਰਟ ਕਰਵਾ ਸਕਦੇ, ਤੁਹਾਨੂੂੰ ਪਤਾ ਇਹ ਆਪਸ਼ਨ ਹੈ। ਵੀਜ਼ਾ ਆਫਿਸਰ ਨੂੰ ਵੀ ਪਤਾ ਕਿ ਤੁਹਾਡੇ ਕੋਲ ਇਹ ਆਪਸ਼ਨ ਹੈਗੀ ਹੈ। ਸੋ ਜਿਹੜੀ ਤੁਹਾਡੀ ਰੋਂਗ ਇੰਟੈਂਸ਼ਨਸ ਹੈ ਨਾ, ਉਹ ਕਿਤੇ ਨਾ ਕਿਤੇ ਜਦੋਂ ਯੰਗ ਏਜ ਦੇ ਵਿੱਚ ਆਉਂਦੀ ਹੈ ਤਾਂ ਵੀਜ਼ਾ ਆਫਿਸਰ ਇਹ ਚੀਜ਼ ਕੈਚ ਕਰ ਲੈਂਦਾ। ਜ਼ਿਆਦਾਤਰ ਕੇਸਿਸ 'ਚ ਉਹ ਇਸ ਰੋਂਗ ਇੰਟੈਂਸ਼ਨ 'ਤੇ ਹੀ ਵੀਜ਼ਾ ਰਿਫਿਊਜ਼ ਕਰ ਦਿੰਦਾ। ਕਈ ਵਾਰ ਅੱਛੀ ਫਾਈਲ ਵੀ ਰਿਫਿਊਜ਼ ਹੋ ਜਾਂਦੀ, ਜਿਹੜੇ ਜੈਨੂਅਨਲੀ ਕੈਨੇਡਾ ਜਾਣਾ ਚਾਹੁੰਦੇ ਉਹ ਵੀ ਕਿਤੇ ਨਾ ਕਿਤੇ ਰਿਫਿਊਜ਼ ਹੋ ਜਾਂਦੇ, ਕਿਉਂਕਿ ਵੀਜ਼ਾ ਆਫਿਸਰ ਨੂੰ ਲੱਗਦਾ ਕਿ ਤੁਸੀਂ ਵਾਪਸ ਜਿਹੜਾ ਉਹ ਨਹੀਂ ਆਉਣਾ। ਥਰਡ ਪੁਆਇੰਟ ਦੀ ਗੱਲ ਕਰੀਏ ਤਾਂ ਜੀ, ਅਗਰ ਤੁਸੀਂ ਫਾਈਲ ਅਪਲਾਈ ਕਰ ਰਹੇ ਹੋ
ਪ੍ਰੈਜੈਂਟੇਸ਼ਨ 'ਤੇ ਬਹੁਤ ਧਿਆਨ ਰੱਖਣਾ ਜ਼ਰੂਰੀ ਆ। ਉਹ ਕਿਉਂ ਕਹਿ ਰਿਹਾ ਵਾਂ, ਕਿਉਂਕਿ ਕਈ ਵਾਰ ਕੀ ਹੁੰਦਾ ਫਾਈਲ 'ਚ ਆਪਣੇ ਥੋੜ੍ਹੇ ਬਹੁਤ ਡਾਕੂਮੈਂਟਸ ਕਮਜ਼ੋਰ ਹੁੰਦੇ ਮੇਰੇ ਖਿਆਲ ਨਾਲ। ਅਗਰ ਮੈਂ ਇੱਕ ਜਨਰਲੀ ਗੱਲ ਕਰਾਂ, ਜਾਂ ਤੁਸੀਂ ਅਤੇ ਮੈਂ ਇੱਕ ਆਪਾਂ ਫੋਨ ਕਾਲ ਵੀ ਕਰੀਏ, ਜਾਂ ਆਪਾਂ ਇੱਕ ਦੂਸਰੇ ਨਾਲ ਗੱਲ ਕਰੀਏ, ਤਾਂ 2-3-5 ਮਿੰਟ 'ਚ ਸਾਰੀ ਗੱਲਬਾਤ ਜਿਹੜੀ ਇੱਕ ਦੂਸਰੇ ਦੀ ਸਮਝ ਲੱਗ ਜਾਂਦੀ ਹੈ। ਲਾਈਕ ਅਗਰ ਤੁਸੀਂ ਮੇਰੀ ਵੀਡੀਓ ਦੇਖ ਰਹੇ ਹੋ, ਤੁਹਾਨੂੰ 1-2 ਮਿੰਟ 'ਚ ਸਟੋਰੀ ਸਮਝ ਲੱਗ ਜਾਂਦੀ ਕਿ ਯਾਰ ਇਹ ਇਨਫੋਰਮੇਸ਼ਨ ਤੁਹਾਡੇ ਕੰਮ ਦੀ ਹੈ ਜਾਂ ਨਹੀਂ ਹੈ, ਜਾਂ ਤੁਸੀਂ ਕੋਈ ਹੋਰ ਵੀਡੀਓ ਦੇਖ ਰਹੇ ਹੋ, ਜਾਂ ਕਿ ਮੂਵੀ ਦੇਖ ਰਹੇ ਹੋ, ਤਾਂ ਤੁਹਾਨੂੰ 2-4-5-10 ਮਿੰਟ 'ਚ ਸਮਝ ਲੱਗ ਜਾਂਦੀ ਕਿ ਯਾਰ ਇਹ ਵੀਡੀਓ ਜਾਂ ਮੂਵੀ ਅੱਛੀ ਹੋਏਗੀ ਜਾਂ ਕੀ ਸਟੋਰੀ ਹੈ। ਉਸੇ ਤਰ੍ਹਾਂ ਇੱਕ ਫਾਈਲ ਦੀ ਪ੍ਰੈਜੈਂਟੇਸ਼ਨ ਦੇ ਵਿੱਚ ਕਵਰ ਲੈਟਰ ਦੇ ਵਿੱਚ ਜਦੋਂ ਤੁਸੀਂ ਸਟੋਰੀ ਪਾਉਂਦੇ ਹੋ, ਮੈਂ ਅੱਜ ਕੱਲ੍ਹ ਫਾਈਲਾਂ ਦੇਖ ਰਿਹਾ ਜਿਹੜੇ ਮੇਰੇ ਵੀਰ ਮੇਰੀ ਵੀਡੀਓਜ਼ ਦੇਖ ਕੇ ਫਾਈਲ ਲਗਾ ਰਹੇ ਨੇ, ਕਈ ਕੀ ਕਰਦੇ ਨੇ 2-2-3-3 ਪੇਜਾਂ ਦੀ ਕਵਰ ਲੈਟਰ ਬਣਾ ਰਹੇ ਨੇ। ਉਹ ਵਿੱਚ ਲਿਖ ਰਹੇ ਨੇ ਕਿ ਮੈਂ ਨਾਇਗਰਾ ਫਾਲਸ ਘੁੰਮਣ ਜਾ ਰਿਹਾ, ਨਾਇਗਰਾ ਫਾਲਸ ਕਦ ਬਣਿਆ, ਉੱਥੇ ਕੀ ਹੈਗਾ, ਉਹ ਸਭ ਚੀਜ਼ਾਂ। ਯਾਰ ਇਹ ਚੀਜ਼ਾਂ ਦੀ ਮੈਟਰ ਨਹੀਂ ਹੈ, ਇਹ ਜਨਰਲੀ ਤੁਸੀਂ ਗੂਗਲ ਸਰਚ ਕਰਕੇ ਸਭ ਕੁਛ ਮਿਲ ਸਕਦਾ। ਸੋ ਵੀਜ਼ਾ ਆਫਿਸਰ ਨੂੰ ਮੈਟਰ ਨਹੀਂ ਕਰਦਾ ਕਿ ਤੁਸੀਂ ਨਾਇਗਰਾ ਫਾਲਸ ਨੂੰ ਐਕਸਪਲੇਨ ਕੀਤਾ ਜੀ ਉਹ ਕਦ ਬਣਿਆ, ਕੀ ਸਟੋਰੀ ਹੈ, ਕਿਉਂ ਘੁੰਮਣ ਜਾਣਾ, ਨਹੀਂ। ਉਹਦਾ ਮਕਸਦ ਹੈ ਕਿ ਤੁਸੀਂ ਕੈਨੇਡਾ ਜਾਣਾ, ਮੈਂ ਫਾਈਲ ਚੈੱਕ ਕਰ ਰਿਹਾ, ਮੇਨ ਪਰਪਸ ਤੁਹਾਡੇ ਜਾਣ ਦਾ ਕੀ ਹੈ, ਤੁਸੀਂ ਘੁੰਮਣ ਜਾ ਰਹੇ ਹੋ, ਤੁਸੀਂ ਐਕਸਪਲੇਨ ਕਰੋ ਕਿ ਹਾਂਜੀ ਮੈਂ ਨਾਇਗਰਾ ਫਾਲਸ ਜਾਂ ਆਹ ਬੀਚਿਸ ਹੈ ਜਾਂ ਆਹ ਲੋਕੇਸ਼ਨ ਹੈ, ਮੈਂ ਇੱਥੇ ਆ, ਜਿਹੜੇ ਮੇਰੇ ਆ ਪਲੈਨਸ ਹੈਗੇ ਨੇ। ਤੁਸੀਂ ਆਪਣੇ ਬਾਰੇ ਜ਼ਿਕਰ ਕਰੋ, ਆਪਣੇ ਪਲੈਨਸ ਬਾਰੇ ਜ਼ਿਕਰ ਕਰੋ। ਸੋ ਥੋੜ੍ਹੀ ਜਿਹੀ ਜਿਹੜੀ ਪ੍ਰੈਜੈਂਟੇਸ਼ਨ ਹੈ, ਇਸ ਚੀਜ਼ 'ਤੇ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਤੁਸੀਂ ਕਮੈਂਟ ਕਰ ਸਕਦੇ ਹੋ ਆਉਣ ਵਾਲੇ ਦਿਨਾਂ 'ਚ, ਕੋਸ਼ਿਸ਼ ਕਰੂੰਗਾ ਕਿ ਪ੍ਰੈਜੈਂਟੇਸ਼ਨ ਫਾਈਲ ਦੇ ਵਿੱਚ ਕੀ ਚੀਜ਼ਾਂ ਪੁਆਇੰਟ ਜ਼ਰੂਰੀ ਹੁੰਦੇ ਨੇ। ਇੱਕ ਪੂਰੀ ਫਾਈਲ ਵੀ ਹੋ ਸਕਦਾ, ਮੈਂ ਤੁਹਾਨੂੰ ਕਿਸੇ ਦੀ, ਅਗਰ ਕੋਈ ਜਿਨ੍ਹਾਂ ਦੀ ਮੈਂ ਫਾਈਲਸ ਲਗਾਈਆਂ, ਅਗਰ ਉਹਨਾਂ 'ਚ ਕੋਈ ਸੈਟਿਸਫਾਈ ਹੋਇਆ ਜਾਂ ਲੱਗਦਾ ਕਿ ਹਾਂ ਵੀ ਉਹਨਾਂ ਦੀ ਇਨਫੋਰਮੇਸ਼ਨ ਸ਼ੇਅਰ ਕਰਾਂ, ਤਾਂ ਥੋੜ੍ਹੀ ਬਹੁਤੀ ਆਪਾਂ ਕਵਰ ਵੀ ਰੱਖਾਂਗੇ, ਉਹਨਾਂ ਦੀ ਜਿਹੜੀ ਪ੍ਰਾਈਵੇਸੀ ਉਹ ਵੀ ਕਵਰ ਰੱਖਾਂਗੇ। ਥੋੜ੍ਹੀ ਬਹੁਤੀ ਚੀਜ਼ ਜਿਹੜੀ ਲੱਗਦੀ ਹੋਈ ਕਿ ਯਾਰ ਇਹ ਚੀਜ਼ ਦਿਖਾਉਣੀ ਜ਼ਰੂਰੀ ਹੈ, ਤਾਂ ਉਹ ਵੀ ਵੀਡੀਓ 'ਚ ਮੈਂ ਮੈਨਸ਼ਨ ਕਰਕੇ ਤੁਹਾਨੂੰ ਇੱਕ ਪੂਰੀ ਵੀਡੀਓ ਜਿਹੜੀ ਹੈ ਕਿ ਫਾਈਲ ਦੀ ਪ੍ਰੈਜੈਂਟੇਸ਼ਨ ਵਗੈਰਾ ਕਿੱਦਾਂ ਬਣਾਉਣੀ, ਕੀ ਕੀ ਚੀਜ਼ਾਂ ਦਾ ਪੁਆਇੰਟਸ ਦਾ ਧਿਆਨ ਰੱਖਣਾ ਜ਼ਰੂਰੀ ਹੈ, ਉਸ ਬੇਸ 'ਤੇ ਆਪਾਂ ਆਉਣ ਵਾਲੇ ਦਿਨਾਂ 'ਚ ਵੀ ਵੀਡੀਓ ਲੈ ਕੇ ਆਵਾਂਗੇ। ਸੋ ਅਗਰ ਤੁਸੀਂ ਇਸ ਚੀਜ਼ 'ਤੇ ਵੀਡੀਓ ਚਾਹੁੰਦੇ ਹੋ ਤਾਂ ਕਮੈਂਟ ਜ਼ਰੂਰ ਕਰਿਓ। ਨੈਕਸਟ ਅਪਡੇਟ ਦੀ ਗੱਲ ਕਰੀਏ ਤਾਂ ਜੀ, ਇੱਕ ਅੱਛੀ ਫਾਈਲ ਵੀ ਕਿਤੇ ਨਾ ਕਿਤੇ ਅਗਰ ਰਿਫਿਊਜ਼ ਹੋ ਜਾਂਦੀ, ਉਹਦੇ 'ਚ ਪ੍ਰੋਬਲਮ ਕੀ ਹੈ, 2 ਪੁਆਇੰਟਸ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਸਭ ਤੋਂ ਪਹਿਲੇ ਤੁਹਾਡੇ ਜਾਣ ਦਾ ਮਕਸਦ, ਇਹ ਯੰਗ ਏਜ ਜਾਂ ਦੂਸਰੀ ਕੋਈ ਵੀ ਏਜ ਦਾ ਜਿਹੜਾ ਫਾਈਲ ਲਗਾ ਰਿਹਾ, ਸਭ ਚੀਜ਼ਾਂ ਵਾਸਤੇ ਹੈ। ਜ਼ਿਆਦਾਤਰ ਮੈਂ ਯੰਗ ਏਜ ਨੂੰ ਥੋੜ੍ਹੀ ਜਿਹੀ ਪ੍ਰੈਫਰੈਂਸ ਦੇ ਰਿਹਾ, ਕਿਉਂਕਿ ਅੱਜ ਦੀ ਜਿਹੜੀ ਯੰਗ ਜਨਰੇਸ਼ਨ ਹੈ ਨਾ, 20-22-25-30 ਸਾਲ ਦੀ ਏਜ ਦੇ ਵਿੱਚ, ਜਾਂ ਕੋਈ 35 ਸਾਲ ਦੀ ਏਜ ਦਾ ਵੀ ਹੈਗਾ, ਜ਼ਿਆਦਾਤਰ ਉਹੀ ਜਾਣਾ ਚਾਹੁੰਦੇ ਨੇ। ਕਿਉਂਕਿ ਜਿਹੜੇ ਇਸ ਤੋਂ ਉੱਪਰ ਏਜ ਆ, ਜਿਹਨਾਂ ਦੀ 40-45 ਸਾਲ ਦੀ ਏਜ ਆ, ਉਹ ਅੱਜ ਦੀ ਡੇਟ 'ਚ ਆਪਣੀ ਬਿਜ਼ਨਸ ਜਾਂ ਜੋਬ ਸੈਟਲਮੈਂਟ ਕਰਕੇ ਬੈਠੇ ਨੇ। ਜਿਹੜੇ ਅੱਜ ਦੀ ਡੇਟ 'ਚ ਸਟੱਕ ਹੋਏ ਪਏ ਨੇ, ਜਿਹਨਾਂ ਨੂੰ ਇੱਥੇ ਜੋਬ ਨਹੀਂ ਮਿਲ ਰਹੀ ਜਾਂ ਕੁਛ ਉਹਨਾਂ ਦੇ ਜੋ ਪਲੈਨਸ ਨੇ ਉਹ ਸੌਟ ਆਊਟ ਨਹੀਂ ਹੋ ਰਹੇ, ਮੈਂ ਸਿਰਫ ਉਹਨਾਂ ਦਾ ਹੀ ਮੋਸਟਲੀ ਪੁਆਇੰਟਸ ਜਿਹੜੇ ਕਰ ਰਿਹਾ ਵਾਂ। ਇੱਥੇ ਜਿਹੜੀ ਮੇਨ ਦੋ ਚੀਜ਼ਾਂ ਧਿਆਨ 'ਚ ਰੱਖਣ ਵਾਲੇ ਨੇ, ਉਹ ਹੈਗਾ ਪਰਪਸ ਔਫ ਵਿਜ਼ਿਟ ਅਤੇ ਤੁਹਾਡਾ ਰਿਟਰਨ ਟੂ ਹੋਮ ਕੰਟਰੀ। ਤੁਹਾਡੇ ਜਾਣ ਦਾ ਮਕਸਦ ਕਿ ਚਾਹੇ ਤੁਸੀਂ ਹੋਟਲ 'ਤੇ ਫਾਈਲ ਲਗਾਓ, ਮੇਰੇ ਕੋਲ ਰੀਸੈਂਟਲੀ ਹੋਟਲ 'ਤੇ ਵੀ ਵੀਜ਼ਾਸ ਆਏ ਨੇ। ਹੋਟਲ 'ਤੇ ਵੀਜ਼ਾਸ ਆਉਣ ਦਾ ਕੀ ਹੈ, ਉਹਦੇ 'ਚ ਤੁਹਾਡੇ ਜਾਣ ਦਾ ਮਕਸਦ ਕੀ ਸੀ ਕਿ ਤੁਸੀਂ ਆਪਣਾ ਘੁੰਮਣ ਜਾਣਾ ਚਾਹੁੰਦੇ ਹੋ, ਖਾਲੀ ਪਾਸਪੋਰਟ ਦੇ ਉੱਤੇ ਕੈਨੇਡਾ ਦਾ ਵੀਜ਼ਾ। ਬਟ ਉਹਦੇ 'ਚ ਜਿਹੜਾ ਮੇਜਰ ਰੀਜ਼ਨ ਸੀ ਕਵਰ ਅਪ ਜੋ ਮੈਂ ਕੀਤਾ ਕਵਰ ਲੈਟਰ ਦੇ ਵਿੱਚ, ਉਹ ਸੀਗਾ ਰਿਟਰਨ ਟੂ ਹੋਮ ਕੰਟਰੀ, ਕਿ ਤੁਸੀਂ ਕੈਨੇਡਾ ਵਾਪਿਸ ਕੈਨੇਡਾ ਤੋਂ ਵਾਪਿਸ ਕਿਉਂ ਆਉਂਗੇ। ਸੋ ਇਹ ਦੋ ਚੀਜ਼ਾਂ ਜਦ ਤੁਸੀਂ ਕਵਰ ਲੈਟਰ ਦੇ ਵਿੱਚ ਮੈਨਸ਼ਨ ਕਰਦੇ ਹੋ, ਜ਼ਿਕਰ ਕਰਦੇ ਹੋ, ਐਕਸਪਲੇਨ ਕਰਦੇ ਹੋ, ਵੀਜ਼ਾ ਆਫਿਸਰ ਜਦੋਂ ਇਹਨਾਂ ਚੀਜ਼ਾਂ 'ਤੇ ਸੈਟਿਸਫਾਈ ਹੁੰਦਾ ਨੇ, ਤਾਂ ਕਈ ਵਾਰੀ ਘੱਟ ਸੈਲਰੀ ਘੱਟ ਫੰਡਸ 'ਤੇ, ਮੈਂ ਪਰਸਨਲ ਐਕਸਪੀਰੀਅੰਸ ਦੱਸ ਰਿਹਾ, 8,000 ਸੈਲਰੀ ਅਤੇ ਇੱਕ ਐਸਾ ਕੇਸ ਸੀ ਜਿਨ੍ਹਾਂ ਦੇ ਅਕਾਊਂਟ 'ਚ ਸ਼ਾਇਦ 1,16,000-17,000 ਸੀ, ਮੈਂ ਬਹੁਤ ਪਿਛਲੀਆਂ ਵੀਡੀਓ 'ਚ ਇਸ ਚੀਜ਼ ਦਾ ਜ਼ਿਕਰ ਵੀ ਕੀਤਾ, ਉਹਨਾਂ ਦਾ ਵੀਜ਼ਾ ਵੀ ਅਪਰੂਵ ਹੁੰਦੇ ਹੋਏ ਮੈਂ ਖੁਦ ਦੇਖਿਆ, ਕਿਉਂਕਿ ਉਹਨਾਂ ਦਾ ਜਿਹੜਾ ਪਰਪਸ ਸੀ, ਜਿਹੜੀ ਸਟੋਰੀ ਸੀ, ਉਹ ਐਕਸਪਲੇਨ ਕੀਤੀ ਕਿਤੇ ਨਾ ਕਿਤੇ ਕਵਰ ਲੈਟਰ 'ਚ, ਵੀਜ਼ਾ ਆਫਿਸਰ ਸੈਟਿਸਫਾਈ ਹੋਇਆ। ਅਤੇ ਐਸੇ ਕੇਸ ਵੀ ਨੇ ਜਿਨ੍ਹਾਂ ਦੀ ਮਹੀਨੇ ਦੀ ਲੱਖ ਰੁਪਏ ਸੈਲਰੀ, ਉਹਨਾਂ ਨੂੰ ਮੈਂ ਰਿਜੈਕਟ ਹੁੰਦੇ ਹੋਏ ਵੀ ਆਪਦੇ ਅੱਖੀਂ ਦੇਖਿਆ, ਕਿਉਂਕਿ ਕੇਸ ਮੇਰੇ ਲਗਾਏ ਹੋਏ ਸੀ, ਸਟੋਰੀਜ਼ ਮੇਰੀਆਂ ਬਣਾਈਆਂ ਹੋਈਆਂ ਸੀ, ਬਟ ਕਿਤੇ ਨਾ ਕਿਤੇ ਵੀਜ਼ਾ ਆਫਿਸਰ ਜਿਹੜੀ ਡਾਕੂਮੈਂਟੇਸ਼ਨ ਸੀਗਾ ਉਸ 'ਤੇ ਆ ਕੇ ਕਿਤੇ ਨਾ ਕਿਤੇ ਉਹਨੂੰ ਸ਼ੱਕ ਲੱਗਿਆ ਕਿ ਯਾਰ ਸੈਟਿਸਫੈਕਸ਼ਨ ਜੀ ਨਹੀਂ ਹੋ ਰਹੀ ਕਿ ਇਹ ਵਾਪਿਸ ਆਉਣਗੇ ਜਾਂ ਨਹੀਂ ਆਉਣਗੇ। ਸੋ ਬਹੁਤ ਚੀਜ਼ਾਂ ਦੇਖਣ ਵਾਲੀਆਂ ਹੁੰਦੀਆਂ, ਪਰ ਜ਼ਿਆਦਾਤਰ ਦੋ ਚੀਜ਼ਾਂ ਕੀ ਹੈ, ਤੁਹਾਡੇ ਜਾਣ ਦਾ ਮਕਸਦ ਅਤੇ ਤੁਹਾਡਾ ਰਿਟਰਨ ਟੂ ਹੋਮ ਕੰਟਰੀ। ਜਦੋਂ ਤੁਸੀਂ ਇਹ ਚੀਜ਼ਾਂ ਨੂੰ ਕਵਰ ਕਰ ਲੈਂਦੇ ਹੋ, ਘੱਟ ਸੈਲਰੀ, ਘੱਟ ਜਿਹੜੀ ਤੁਹਾਡੀ ਬੈਂਕ ਸਟੇਟਮੈਂਟ ਹੈ ਨਾ, ਅਗਰ ਉਹ ਵੀ ਉਹਦੇ 'ਚ ਫੰਡਸ ਵੀ ਕੱਢ ਰਹੇ,
ਤਾਂ ਵੀ ਕਿਤੇ ਨਾ ਕਿਤੇ ਤੁਹਾਡੇ ਚਾਂਸਿਸ ਹਾਈ ਹੁੰਦੇ ਨੇ ਵੀਜ਼ਾ ਆਉਣ ਦੇ। ਲਾਸਟ ਅਪਡੇਟ ਦੀ ਗੱਲ ਕਰੀਏ ਤਾਂ ਜੀ, ਉਹ ਜਿਹੜੀ ਮੈਂ ਤੁਹਾਨੂੰ ਫਸਟ ਪੁਆਇੰਟ ਦੇ ਵਿੱਚ ਜ਼ਿਕਰ ਕੀਤਾ ਕਿ ਤੁਸੀਂ ਜਿਹੜਾ ਆਪਣੇ ਮਦਰ ਫਾਦਰ ਨਾਲ ਕੇਸ ਲਗਾਓ, ਉਹਨਾਂ ਨਾਲ ਇੱਕ ਇਮੋਸ਼ਨਲ ਸਟੋਰੀ ਬਣਾਓ। ਇੱਕ ਕਵਰ ਲੈਟਰ ਹੀ ਐਸੀ ਚੀਜ਼ ਹੈ। ਦੇਖੋ, ਬੈਂਕ ਸਟੇਟਮੈਂਟ ਨੇ ਤਾਂ ਆਪਣੇ ਫੰਡਸ ਸ਼ੋ ਕਰਦੇ ਨੇ, ਜੋਬ ਨੇ ਤੁਹਾਡਾ ਸੋਰਸ ਆਫ ਇਨਕਮ ਦਿਖਾ ਦੇਣਾ, ਪਾਸਪੋਰਟ, ਟਰੈਵਲ ਹਿਸਟਰੀ, ਇਹ ਸਭ ਚੀਜ਼ਾਂ ਨੇ ਆਪਣੇ ਬਾਰੇ ਜ਼ਿਕਰ ਕਰ ਦੇਣਾ, ਆਪਣੇ ਆਪ ਨੂੰ ਪ੍ਰਜੈਂਟ ਕਰ ਦੇਣਾ ਵੀਜ਼ਾ ਆਫਿਸਰ ਅੱਗੇ। ਲੇਕਿਨ ਇੱਕ ਕਵਰ ਲੈਟਰ ਹੀ ਐਸੀ ਹੈ, ਕਿਉਂਕਿ ਇਮੋਸ਼ਨਸ ਦੇ ਕੋਈ ਪੇਪਰ ਨਹੀਂ ਹੁੰਦੇ। ਕਵਰ ਲੈਟਰ ਹੀ ਇੱਕ ਐਸੀ ਹੈ, ਉਹਦੇ 'ਚ ਜਿਹੜੇ ਤੁਸੀਂ ਵਰਡਸ ਲਿਖੋਗੇ, ਜਿਹੜੀ ਸਟੋਰੀ ਲਿਖੋਗੇ, ਜਿਹੜੇ ਇਮੋਸ਼ਨਸ ਪ੍ਰਜੈਂਟ ਕਰੋਗੇ, ਉਹ ਕਿਤੇ ਨਾ ਕਿਤੇ ਤੁਹਾਡੀ ਫਾਈਲ 'ਚ ਹੋਰ ਇੰਪਰੂਵਮੈਂਟ ਕਰ ਸਕਦੇ ਹੈ, ਤੁਹਾਡੀ ਪ੍ਰੈਜੈਂਟੇਸ਼ਨ ਨੂੰ ਹੋਰ ਅੱਛਾ ਕਰ ਸਕਦੇ, ਤੁਹਾਡੇ ਜਾਣ ਦਾ ਮਕਸਦ, ਤੁਹਾਡੇ ਵਾਪਸ ਆਉਣ ਦਾ ਕਾਰਨ, ਸਟੋਰੀ, ਜੋ ਵੀ ਤੁਸੀਂ ਮਤਲਬ ਫਾਈਲ 'ਚ ਪ੍ਰਜੈਂਟ ਕਰਨਾ ਚਾਹੁੰਦੇ ਹੋ, ਉਹ ਸਿਰਫ ਇੱਕ ਕਵਰ ਲੈਟਰ ਦੇ ਜ਼ਰੀਏ ਹੀ ਤੁਸੀਂ ਸ਼ੋਅ ਕਰ ਸਕਦੇ ਹੋ। ਅਗਰ ਤੁਸੀਂ ਕਹਿੰਦੇ ਕਿ ਜੀ ਮੇਰੇ ਮਦਰ ਨੇ ਮੈਨੂੰ ਸ਼ੁਰੂ ਤੋਂ ਸਪੋਰਟ ਕੀਤਾ, ਜਾਂ ਹੋਰ ਵੀ ਕੋਈ ਗੱਲਬਾਤ ਤੁਸੀਂ ਕਰਨਾ ਚਾਹੁੰਦੇ ਹੋ, ਤਾਂ ਉਹ ਚੀਜ਼ਾਂ ਬੈਂਕ ਸਟੇਟਮੈਂਟ ਜਾਂ ਤੁਹਾਡੀ ਜੋਬ ਵਗੈਰਾ ਨਹੀਂ ਪ੍ਰਜੈਂਟ ਕਰਦੀਆਂ, ਉਹ ਤੁਹਾਡੇ ਵਰਡਸ ਹੀ ਐਕਸਪਲੇਨ ਕਰਦੇ ਨੇ, ਅਤੇ ਉਹ ਸਿਰਫ ਅਤੇ ਸਿਰਫ ਕਵਰ ਲੈਟਰ ਹੀ ਜਾ ਸਕਦੇ ਨੇ। ਸੋ ਜ਼ਿਆਦਾ ਜ਼ੋਰ ਥੋੜ੍ਹਾ ਜਿਹਾ ਆਪਣਾ ਕਵਰ ਲੈਟਰ ਦੇ ਉੱਤੇ ਜ਼ਰੂਰ ਲਗਾਇਓ, ਆਪਣੀ ਪ੍ਰੈਜੈਂਟੇਸ਼ਨ 'ਤੇ ਕੋਸ਼ਿਸ਼ ਕਰਿਓ, ਜਿਹੜੀ ਕਵਰ ਲੈਟਰ ਆ ਉਹ ਸਿਰਫ ਤੋਂ ਸਿਰਫ ਕੋਸ਼ਿਸ਼ ਕਰੋ ਕਿ ਇੱਕ ਪੇਜ਼ ਦੀ ਹੀ ਬਣੇ, 3-4 ਪੇਜਾਂ ਦੀ ਸਟੋਰੀ ਬਣਾਉਣ ਦੀ, ਇੱਕ ਪੂਰੀ ਕਥਾ ਸੁਣਾਉਣ ਦੀ ਲੋੜ ਨਹੀਂ ਹੈ। ਉਹ ਕਿਤੇ ਨਾ ਕਿਤੇ ਨੈਗੇਟਿਵ ਐਂ ਨਾ ਹੋਵੇ, ਪੋਜ਼ਿਟਿਵ ਇੰਪਰੈਸ਼ਨ ਪਾਉਣ ਦੀ ਬਜਾਏ ਉਹ ਨੈਗੇਟਿਵ ਇੰਪਰੈਸ਼ਨ ਪਾਵੇ। ਅਤੇ ਇੱਕ ਲਾਸਟ ਐਜ਼ ਏ ਟਿਪ, ਜੋ ਬੰਦੇ ਕੈਨੇਡਾ ਦੀ ਫਾਈਲ ਲਗਾ ਚੁੱਕੇ ਨੇ ਜਾਂ ਜਿਨ੍ਹਾਂ ਦਾ ਵੀਜ਼ਾ ਆ ਚੁੱਕਾ ਹੈ, ਉਹਨਾਂ ਨੂੰ ਬਹੁਤ ਬਹੁਤ ਵਧਾਈਆਂ। ਅਤੇ ਛੋਟੀ ਜਿਹੀ ਸੁਜੈਸ਼ਨ ਹੋਰ ਦੂੰਗਾ ਕਿ ਅਗਰ ਫਲਾਈਟ ਲੈ ਰਹੇ ਹੋ ਤਾਂ ਰਿਕੁਐਸਟ ਹੈ ਡਾਇਰੈਕਟ ਫਲਾਈਟ ਲਿਓ, ਥਰਡ ਕੰਟਰੀ ਦੀ ਫਲਾਈਟਸ ਨਾ ਲਓ। ਥੋੜ੍ਹਾ ਜਿਹਾ ਇਮੀਗ੍ਰੇਸ਼ਨ ਸਿਸਟਮ ਸਟ੍ਰਿਕਟ ਹੈ, ਮੈਂ ਇਹ ਨਹੀਂ ਕਹਿੰਦਾ ਕਿ ਹਰ ਕਿਸੇ ਨੂੰ ਰੋਕ ਰਹੇ ਨੇ, ਪਰ ਕਿਤੇ ਨਾ ਕਿਤੇ ਅੱਜ ਦੀ ਡੇਟ 'ਚ ਏਅਰਪੋਰਟ 'ਤੇ ਸਟ੍ਰਿਕਟਨੈਸ ਚੱਲ ਰਹੀ ਹੈ, ਅਤੇ ਕਾਫੀ ਲੋਕਾਂ ਨੂੰ ਰੋਕਿਆ ਜਾ ਰਿਹਾ, ਕਾਫੀ ਲੋਕਾਂ ਨੂੰ ਬੋਰਡਿੰਗ ਕਰਨ ਤੋਂ ਜਿਹੜਾ ਮਨਾ ਕਰ ਦਿੱਤਾ ਜਾਂਦਾ ਹੈ, ਅਤੇ ਉਹਨਾਂ ਨੂੰ ਵਾਪਸ ਭੇਜ ਦਿੱਤਾ ਜਾਂਦਾ। ਸੋ ਇਹ ਛੋਟੀ ਜਿਹੀ ਟਿਪ ਹੈ, ਅਗਰ ਵੀਜ਼ਾ ਜਿਹਨਾਂ ਜਿਹੜੇ ਅਪਲਾਈ ਕਰ ਚੁੱਕੇ ਨੇ ਜਾਂ ਜਿਹਨਾਂ ਦਾ ਵੀਜ਼ਾ ਆਉਣਾ ਜਾਂ ਜਿਹੜੇ ਅਪਲਾਈ ਕਰਨਾ ਚਾਹੁੰਦੇ ਨੇ, ਇਹ ਸਭ ਲਈ ਛੋਟੀ ਜਿਹੀ ਟਿਪ ਹੈ ਕਿ ਆਪਣੀ ਟਿਕਟ ਜਿਹੜੀ ਹੈ ਡਾਇਰੈਕਟ ਫਲਾਈਟ ਲਿਓ, ਇੱਕ ਪਲੱਸ ਪੁਆਇੰਟ ਰਹੇਗਾ, ਅਤੇ ਕੁਛ ਐਸਾ ਵੀ ਜ਼ਿਆਦਾ ਇਹਦੇ 'ਚ ਕੁਛ ਕਰਨ ਦੀ ਲੋੜ ਨਹੀਂ ਹੈ। ਸੋ ਅੱਜ ਦੀ ਵੀਡੀਓ 'ਚ ਬਸ ਇੰਨਾ ਹੀ, ਮਿਲਦੇ ਨੈਕਸਟ ਵੀਡੀਓ 'ਚ। ਟਿਲ ਦੈਨ ਕੀਪ ਸਮਾਈਲਿੰਗ, ਸਤਿ ਸ਼੍ਰੀ ਅਕਾਲ।